ਖਾਲਸਾ ਰਾਜ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਭਿੰਡਰਾ ਜੀ ਵਾਲੇ ਦੀ ਸੋਚ ਅੱਜ ਦੀ ਵੀਡੀਓ ਬੜੀ ਜ਼ਿਆਦਾ ਇੰਟਰਸਟਿੰਗ ਹੈ ਗਿਆਨੀ ਜਸਵੀਰ ਸਿੰਘ ਜੀ ਪਹਿਲੇ ਆਪਾਂ ਉਹਨਾਂ ਦਾ ਕਥਾ ਸੁਣਨੇ ਆ ਫਿਰ ਉਸ ਤੋਂ ਬਾਅਦ ਫਿਰ ਆਪਾਂ ਰੈਕ ਕਰਾਂਗੇ WhatsApp 'ਉਂਹਦੇ ਆ Instagram 'ਉਂਹਦੇ ਆ Facebook 'ਉਂਹਦੇ ਆ Facebook 'ਤੇ ਮੇਰੇ ਪੇਜ ਨੂੰ ਲਾਈਕ ਕਰੋ WhatsApp 'ਤੇ ਮੈਨੂੰ ਮਜ਼ੀਦ ਇਦਾਂ ਦੀਆਂ ਵੀਡੀਓ ਸੈਂਡ ਕਰੋ ਸੋ ਆਓ ਵੀਡੀਓ ਸਟਾਰਟ ਕਰੀਏ ਖਾਸ ਤੌਰ ਤੇ ਸਾਡੇ ਦੇਸ਼ ਵਿੱਚ ਰਾਜਨੀਤੀ ਦਾ ਜੋ ਮਾਹੌਲ ਹੈ ਬਹੁਤ ਗੰਦਲਾ ਹੋ ਚੁੱਕਿਆ ਹੈ ਸਾਤ ਸੰਗਤ ਹਰ ਪਾਸੇ ਲੁੱਟ ਹੈ ਹਾਹਾਕਾਰ ਮੱਚੀ ਹੈ ਲੋਕ ਦੁਖੀ ਹਨ ਹੱਕ ਲੁੱਟੇ ਜਾ ਰਹੇ ਹਨ ਪੈਸਾ ਲੁੱਟਿਆ ਜਾ ਰਿਹਾ ਹੈ ਗਰੀਬ ਮਾਰ ਹੋ ਰਹੀ ਹੈ ਬੇਈਮਾਨੀ ਰਿਸ਼ਵਤ ਖੋਰੀ ਭ੍ਰਿਸ਼ਟਾਚਾਰ ਪੂਰੇ ਜੋ ਬੰਤੇ ਹੈ ਹੁਣ ਦੁਨੀਆ ਨੂੰ ਸਮਝ ਨਹੀਂ ਕਿ ਕੀ ਕਰੀਏ ਕੌਣ ਐਸਾ ਆਗੂ ਹੋਏਗਾ ਕਿਸ ਬੰਦੇ ਨੂੰ ਆਪਣਾ ਆਗੂ ਮੰਨੀਏ ਜਾਂ ਚੁਣੀਏ ਜੋ ਸਾਡੇ ਇਹਨਾਂ ਤਮਾਮ ਸਾਨੂੰ ਇਹਨਾਂ ਦੁੱਖਾਂ ਤੋਂ ਨਜਾਤ ਦਿਵਾ ਸਕੇ ਗੁਰੂ ਸਾਹਿਬ ਜੀ ਨੇ ਸ਼ਾਇਦ ਐਸੇ ਰਾਜ ਭਾਗਵਲ ਵੇਖੇ ਹੀ ਕਦੀ ਇਹ ਬਚਨ ਆਖੇ ਹੋਣਗੇ ਮਹਾਰਾਜ ਨੂੰ ਕਹਿਣਾ ਪਿਆ ਹੋਵੇਗਾ ਕਿ ਜੋ ਅੱਜ ਦੇ ਰਾਜੇ ਹਨ ਇਹ ਰਾਜੇ ਕਟ ਹਨ ਇਹ ਲੋਕਾਂ ਨੂੰ ਪਾੜ ਕੇ ਖਾ ਜਾਣ ਵਾਲੇ ਸ਼ੇਰ ਜਿਆਦਾ ਤੇ ਇਹਨਾਂ ਦੇ ਜਿਹੜੇ ਅਹਲਕਾਰ ਹਨ ਰਾਜਿਆਂ ਦੇ ਮਗਰ ਲੱਗੇ ਹੋਏ ਮੁਕੱਦਮ ਉਹ ਮੁਕੱਦਮ ਅਹਲਕਾਰ ਅੱਜ ਉਹ ਕੁੱਤੇ ਬਣ ਚੁੱਕੇ ਹਨ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁਤੇ ਚੱਕਰ ਨਹਿਂਦਾ ਪਾਇ ਅਨਕਾਓ ਰਤ ਪਿਤ ਕੁੱਤੇਓ ਚੱਟ ਜਾਓ ਇਹ ਕੌੜੇ ਬੋਲ ਜਾਂ ਇੱਕ ਕਰੜੇ ਬੋਲ ਮਹਾਰਾਜ ਨੂੰ ਕਿਉਂ ਕਹਿਣੇ ਪਏ ਸਾਧ ਸੰਗਤ ਕਿਉਂਕਿ ਦੇਸ਼ ਵਿੱਚ ਜਦੋਂ ਰਾਜਨੀਤੀ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਜਾਵੇ ਤੇ ਲੋਕਾਂ ਨੂੰ ਲੁੱਟਣ ਦੀ ਕੀਤੀ ਜਾਵੇ ਉਦੋਂ ਫਿਰ ਧਰਮੀ ਪੁਰਖਾਂ ਨੂੰ ਐਸੇ ਸੱਚ ਦੇ ਬੋਲ ਬੋਲਣੇ ਪੈਂਦੇ ਨੇ ਉਹ ਹਾਲਾਤ ਐਸੇ ਬਣੇ ਮਹਾਰਾਜ ਨੂੰ ਇਹ ਗੱਲਾਂ ਕਹਿਣੀਆਂ ਪਈਆਂ ਇਥੋਂ ਤੱਕ ਮਹਾਰਾਜ ਨੇ ਆਖਿਆ ਜਿਸਕਾ ਅੰਤਰ ਰਾਜ ਅਭਿਮਾਨ ਸੋ ਨਰਕ ਭਾਤੀ ਹੋਵਤ ਸਮਾਨ ਰਾਜ ਭਾਗ ਦਾ ਗੁਮਾਨ ਕਰਨ ਵਾਲਾ ਬੰਦਾ ਮਹਾਰਾਜ ਕਹਿੰਦੇ ਨਰਕਾਂ ਦਾ ਕੁੱਤਾ ਹੀ ਹੈ ਹੋਰ ਕੁਝ ਵੀ ਨਹੀਂ ਹੈ ਰਾਜਨੀਤੀ ਜਦੋਂ ਗੁਮਾਨ ਬਣਦੀ ਹੈ ਹੰਕਾਰ ਬਣਦੀ ਹੈ ਉਦੋਂ ਇਹ ਦੇਸ਼ ਦਾ ਸਮਾਜ ਦਾ ਮਨੁੱਖਤਾ ਦਾ ਇਥੋਂ ਤੱਕ ਧਰਮ ਦਾ ਵੀ ਨੁਕਸਾਨ ਕਰਦੀ ਹੈ ਅਗਰ ਰਾਜਨੀਤਿਕ ਇਨਸਾਨ ਰਾਜਨੀਤੀ ਵਿੱਚ ਜਾਣ ਵਾਲਾ ਬੰਦਾ ਇੱਲਾਕੁਨ ਸਿੱਖਿਆਵਾਂ ਲੈ ਲੈ ਧਰਮ ਦਾ ਪਾਠ ਪੜ੍ਹ ਲੈ ਤੇ ਸ਼ਾਇਦ ਉਹ ਇੱਕ ਚੰਗਾ ਇਨਸਾਫ ਤੇ ਰਾਜ ਦੇ ਸਕਦਾ ਹੈ ਮੇਰੇ ਇੱਕ ਬਾਦਸ਼ਾਹ ਦੀ ਗਾਥਾ ਚੇਤੀ ਆਈ ਬਹੁਤ ਧਿਆਨ ਦੇਣ ਜੋ ਖਾਸ ਤੌਰ ਤੇ ਉਹ ਲੋਕ ਜ਼ਰੂਰ ਸੁਣਨ ਜਿਨ੍ਹਾਂ ਦੇ ਮਨ ਦੇ ਅੰਦਰ ਰਾਜ ਕਰਨ ਦਾ ਚਾਹ ਹੈ ਜਾਂ ਜਿਨ੍ਹਾਂ ਨੇ ਕੋਈ ਅਹਲਕਾਰ ਬਣਨਾ ਹੈ ਕੋਈ ਅੱਜ ਦੇ ਸਮੇਂ ਵਿੱਚ ਕੋਈ ਵੋਟਾਂ ਲੈ ਕੇ ਕੋਈ ਕੁਰਸੀ ਪਾਵਰ ਤੇ ਬੈਠੇਗਾ ਕਹਿੰਦੇ ਈਰਾਨ ਦਾ ਇੱਕ ਬਾਦਸ਼ਾਹ ਹੋਇਆ ਜੀ ਨੋਸ਼ੇਰਮਾ ਬਾਦਸ਼ਾਹ ਆਦਲ ਬਾਦਸ਼ਾਹ ਕਹਿੰਦੇ ਸਨ ਇਨਸਾਫ ਕਰਨ ਵਾਲਾ ਬਹੁਤ ਚੰਗਾ ਇਨਸਾਨ ਸੀ ਇਹ ਇਹਦਾ ਰਾਜ ਸਾਰੇ ਪਾਸੇ ਮਸ਼ਹੂਰ ਸੀ ਫਰਦਾ우스 ਕਵੀ ਹੋਇਆ ਉਹ ਇਹਦੀ ਬਹੁਤ ਉਪਮਾ ਕਰਦਾ ਸੀ ਤੇ ਇਹਨੇ ਇੱਕ ਵਾਰ ਆਪਣੇ ਇੱਕ ਅਹਿਲਕਾਰ ਨੂੰ ਜੰਗਲ ਦੇ ਵਿੱਚ ਸ਼ਿਕਾਰ ਸਮੇਂ ਇਹ ਗਿਆ ਸੀ ਅਹਿਲਕਾਰ ਨੂੰ ਇਹਨੇ ਕੁਝ ਪੈਸੇ ਦਿੱਤੇ ਤੇ ਆਖਿਆ ਵੀ ਕੁਝ ਤੂੰ ਸ਼ਹਿਰ ਤੋਂ ਜਾ ਕੇ ਨਮਕ ਲੈ ਕੇ ਨਮਕ ਮੰਗਵਾਉਣਾ ਸੀ ਨਮਕ ਮੰਗਵਾਉਣ ਲਈ ਜਦੋਂ ਪੈਸੇ ਦਿੱਤੇ ਨਾ ਇਹਦਾ ਅਹਲਕਾਰ ਕਹਿੰਦਾ ਵੀ ਮਹਾਰਾਜ ਤੁਸੀਂ ਪੈਸੇ ਕਿ ਦੇ ਰਹੇ ਹੋ ਕਹਿੰਦਾ ਵੀ ਨਹੀਂ ਕਿਤੇ ਨਗਰ ਉਜੜ ਨਾ ਜਾਵੇ ਉਹ ਹੈਰਾਨ ਹੋਇਆ ਵੀ ਪੈਸੇ ਦੇਣ ਦਾ ਨਗਰ ਦੇ ਉਜੜਨ ਨਾਲ ਕੀ ਸਬੰਧ ਹੈ ਹੁਣ ਸਾਧ ਸੰਗਤ ਸੁਣੋ ਜਿਹੜਾ ਜ਼ਿੰਮੇਵਾਰ ਇਨਸਾਨ ਹੁੰਦਾ ਹੈ ਰਾਜਾ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਉਹ ਉਹਦਾ ਅਹਲਕਾਰ ਪੁੱਛਦਾ ਸਿਪਾਹੀ ਪੁੱਛਦਾ ਵੀ ਬਾਦਸ਼ਾਹ ਪੈਸੇ ਦੇਣ ਦਾ ਨਗਰ ਦੇ ਉਜੜਨ ਨਾਲ ਕੀ ਸਬੰਧ ਨਸ਼ੇਰਵਾ ਬਾਦਸ਼ਾਹ ਕਹਿਣ ਲੱਗਾ ਵੇ ਤੈਨੂੰ ਨਹੀਂ ਪਤਾ ਜ਼ੁਲਮ ਸਭ ਤੋਂ ਪਹਿਲਾਂ ਛੋਟੀ ਮਿਕਦਾਰ ਵਿੱਚ ਸ਼ੁਰੂ ਹੁੰਦਾ ਹੈ ਅਗਰ ਇਹਨੂੰ ਰੋਕਿਆ ਨਾ ਜਾਏ ਅੱਗੇ ਜਾ ਕੇ ਇਹ ਬਹੁਤ ਵੱਡਾ ਜ਼ੁਲਮ ਬਣ ਜਾਂਦਾ ਹੈ ਉੱਥੇ ਬਾਦਸ਼ਾਹ ਇੱਕ ਗੱਲ ਆਖਦਾ ਉਹ ਕਹਿੰਦਾ ਅਗਰ ਕਿਸੇ ਰਾਜੇ ਦਾ ਕਿਸੇ ਰਾਜ ਦਾ ਰਾਜਾ ਕਿਸੇ ਬਾਗ ਦੇ ਵਿੱਚੋਂ ਇੱਕ ਫਲ ਤੋੜਦਾ ਹੈ ਨਾ ਤੇ ਉਹਦੇ ਅਹਲਕਾਰ ਤੇ ਉਸ ਬਾਗ ਦੇ ਬੂਟੇ ਵੀ ਪੁੱਟ ਕੇ ਲੈ ਜਾਣਾ ਹੈ ਇਸ ਲਈ ਧਰਮ ਦੇ ਵਿੱਚ ਇਹੀ ਸਿੱਖਿਆ ਹੈ ਕਿ ਜ਼ੁਲਮ ਦੀ ਜੜ ਇਸ ਤੋਂ ਪਹਿਲਾਂ ਬਹੁਤ ਲੰਮੀ ਹੋ ਜਾਏ ਉਹਨੂੰ ਆਰੰਭ ਵਿੱਚ ਹੀ ਪੁੱਟ ਦੇਣਾ ਚਾਹੀਦਾ ਹੈ ਇਹਦੇ ਇੱਕ ਬਚਪਨ ਦੀ ਘਟਨਾ ਹੈ ਜਿੱਥੋਂ ਇਹਨੂੰ ਰਾਜ ਕਰਨ ਦਾ ਵੱਲ ਆਇਆ ਇੱਕ ਚੰਗਾ ਇਨਸਾਨ ਬਣਿਆ ਕਹਿੰਦੇ ਇਹ ਆਪਣੇ ਉਸਤਾਦ ਪਾਸ ਵਿਦਿਆ ਪੜਨ ਜਾਂਦਾ ਸੀ ਤੇ ਉਸਤਾਦ ਬੜਾ ਸਿਆਣਾ ਸੀ ਉਸਤਾਦ ਨੇ ਵਿਦਿਆ ਪੜਾਣੀ ਕਦੇ-ਕਦੇ ਕੁੱਟਮਾਰ ਵੀ ਕਰਨੀ ਪਾਬ ਕੁਝ ਸਿਖਾਣਾ ਤੇ ਪੜਾਣਾ ਇੱਕ ਦਿਨ ਇਹਦਾ ਉਸਤਾਦ ਉਨੇ ਸੋਚੇ ਵੀ ਅੱਜ ਇਹਨੂੰ ਕੋਈ ਐਸਾ ਸ਼ਬਕ ਪੜਾਈਏ ਵੀ ساری ਉਮਰ ਯਾਦ ਰੱਖੇ। ਉਸਤਾਦ ਨੇ ਅੱਜ ਇਹਨੂੰ ਆਪਣੇ ਕੋਲ ਬੁਲਾਇਆ। ਕਲਾਸ ਵਿੱਚ ਬੈਠਾ ਸੀ, ਕੁਝ ਨਹੀਂ ਸੀ ਬੜੀ ਸ਼ਾਂਤੀ ਨਾਲ ਪੜ ਰਿਹਾ ਸੀ। ਉਸਤਾਦ ਨੇ ਕੋਲ ਬੁਲਾਇਆ ਤੇ ਬੁਲਾ ਕੇ ਇਹਦੇ ਮੂੰਹ ਦੇ ਉੱਪਰ ਸਾਧ ਸੰਗਤ ਅਜ ਇੱਕ ਚਪੇੜ ਮਾਰ ਦਿੱਤੀ। ਹੁਣ ਜਦੋਂ ਚਪੇੜ ਵੱਜੀ ਚਪੇੜ ਵੱਜਣ ਤੋਂ ਬਾਅਦ ਇੱਕਦਮ ਇਹਦੇ ਅੰਦਰ ਗੁੱਸਾ ਆ ਗਿਆ। ਹੁਣ ਆਖਰ ਨੂੰ ਬਾਦਸ਼ਾਹ ਦਾ ਪੁੱਤਰ ਸੀ। ਗੁੱਸਾ ਆਇਆ ਪਰ ਗੁੱਸਾ ਪੀ ਗਿਆ ਕਿਉਂਕਿ ਸਾਹਮਣੇ ਵੀ ਉਸਤਾਦ ਸੀ। ਕਿਹਾ ਕੁਝ ਨਾ ਪਰ ਮਨ ਦੇ ਅੰਦਰ ਇਹ ਗੱਲ ਬੈਠ ਗਈ ਕੁਝ ਸਾਲ ਬੀਤੇ ਤੇ ਇਹਦੇ ਪਿਤਾ ਦੀ ਚੜ੍ਹਾਈ ਤੋਂ ਬਾਅਦ ਇਹਨੂੰ ਤਖਤ ਨਸ਼ੀ ਕੀਤਾ ਗਿਆ ਭਾਵੇਂ ਆਪਣੇ ਦੇਸ਼ ਦਾ ਰਾਜਾ ਬਣਿਆ ਇਹਨੇ ਤਖਤ ਤੇ ਬੈਠਦਿਆਂ ਸਭ ਤੋਂ ਪਹਿਲੀ ਗੱਲ ਆਖੀ ਵੀ ਮੇਰੇ ਉਸਤਾਦ ਨੂੰ ਫੜ ਕੇ ਲਿਆਂਦਾ ਜਾਵੇ ਉਸਤਾਦ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਉਸਤਾਦ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਸਾਰੇ ਹੈਰਾਨ ਹੋਏ ਵੀ ਹੱਦ ਹੋ ਗਈ ਵੀ ਉਸਤਾਦ ਨੂੰ ਆਪਣੇ ਗੁਰੂ ਵਿਦਿਆ ਦੇਣ ਵਾਲੇ ਵਿਦਿਆਦਾਤੇ ਨੂੰ ਗੁਰੂ ਨੇ ਇਹਨੇ ਗ੍ਰਿਫਤਾਰ ਕਿਉਂ ਕਰਵਾਇਆ ਅੱਜ ਇਹਨੇ ਪੁੱਛਿਆ ਵੀ ਉਸਤਾਦ ਨੂੰ ਕਹਿਣ ਲੱਗਾ ਵੀ ਉਸਤਾਦ ਜੀ ਤੁਸੀਂ ਇਹ ਦੱਸੋ ਤੁਸੀਂ ਇੱਕ ਦਿਨ ਮੇਰੇ ਕਲਾਸ ਦੇ ਵਿੱਚ ਪੜਾਈ ਦੌਰਾਨ ਮੇਰੇ ਮੁਖ ਤੇ ਚਪੇੜ ਕਿਉਂ ਮਾਰੀ ਸੀ ਜਿਹੜਾ ਉਸਤਾਦ ਬੜਾ ਸ਼ਿਆਣਾ ਸੀ ਉਹ ਕਹਿੰਦਾ ਵੀ ਸਭ ਤੋਂ ਪਹਿਲਾਂ ਤਾਂ ਮੈਂ ਖੁਦਾ ਦਾ ਸ਼ੁਕਰ ਕਰਦਾ ਉਹ ਜੋ ਖੁਦਾ ਨੇ ਤੈਨੂੰ ਰਾਜ ਭਗ ਬਖਸ਼ਿਆ ਤੇ ਅੱਜ ਦੇ ਇਹ ਦਿਨ ਦੇਖਣ ਵਾਸਤੇ ਮੈਨੂੰ ਜੀਵਤ ਰੱਖਿਆ ਉਹ ਕਹਿਣ ਲੱਗੇ ਬੇਟਾ ਮੈਂ ਇੱਕ ਦਿਨ ਨਹੀਂ ਮੈਂ ਤੇ ਤੈਨੂੰ ਬਹੁਤ ਵਾਰੀ ਚਪੇੜਾ ਮਾਰੀਆਂ ਨੇ ਬਹੁਤ ਵਾਰੀ ਤੈਨੂੰ ਕੁੱਟਿਆ ਉਹ ਇੱਕ ਦਿਨ ਹੀ ਕਿਉਂ ਯਾਦ ਹੈ ਕਹਿੰਦਾ ਉਹ ਇਸ ਲਈ ਯਾਦ ਹੈ ਵੀ ਉਸ ਦਿਨ ਤੁਸੀਂ ਮੈਨੂੰ ਬੇਦੋਸ਼ੇ ਨੂੰ ਮਾਰਿਆ ਮੇਰਾ ਕੋਈ ਕਸੂਰ ਨਹੀਂ ਸੀ ਨਾ ਮੈਨੂੰ ਕੋਈ ਕਸੂਰ ਦੱਸਿਆ ਗਿਆ ਬਸ ਤੁਸੀਂ ਬੁਲਾਇਆ ਤੇ ਮੈਨੂੰ ਬੇਦੋਸ਼ੇ ਨੂੰ ਚਪੇੜ ਮਾਰ ਦਿੱਤੀ ਹੁਣ ਉਸਤਾਦ ਕਹਿੰਦਾ ਬਸ ਮੈਂ ਸ਼ੁਕਰ ਕਰਦਾ ਕਿ ਖੁਦਾ ਨੇ ਇਹ ਦਿਨ ਮੈਨੂੰ ਬਖਸ਼ਿਆ ਤੇ ਆਪਣੀ ਜ਼ਿੰਦਗੀ 'ਚ ਇਹ ਦਿਨ ਆਇਆ ਕਹਿਣ ਲੱਗੇ ਬੇਟਾ ਤੈਨੂੰ ਬਾਕੀ ਚਪੇੜਾ ਭੁੱਲ ਗਈ ਆ ਪਰ ਤੈਨੂੰ ਉਹ ਚਪੇੜ ਦੇ ਭੁੱਲੀ ਜਿਹੜੀ ਤੈਨੂੰ ਬਦੋਸ਼ੇ ਨੂੰ ਪਈ ਸੀ ਕਹਿਣ ਲੱਗੇ ਹਾਂ ਕਹਿੰਦੇ ਬਸ ਇਸੇ ਕਰਕੇ ਚਪੇੜ ਮਾਰੇ ਗਈ ਸੀ ਕਿਉਂਕਿ ਮੈਨੂੰ ਪਤਾ ਸੀ ਤੂੰ ਬਾਦਸ਼ਾਹ ਦਾ ਪੁੱਤਰ ਹੈ ਇੱਕ ਦਿਨ ਸਮਾਂ ਪਾ ਕੇ ਤੂੰ ਬਾਦਸ਼ਾਹ ਬਣਨਾ ਹੈ ਤੇ ਤੈਨੂੰ ਇਹ ਸਬਕ ਦੇਣ ਵਾਸਤੇ ਸਿੱਖਿਆ ਦੇਣ ਵਾਸਤੇ ਚਪੇੜ ਮਾਰੀ ਸੀ ਕਿ ਕਦੀ ਕਿਸੇ ਬੇਦੋਸ਼ੇ ਬੰਦੇ ਤੇ ਜ਼ੁਲਮ ਨਾ ਕਰੀ ਅਗਰ ਵਿਦੋਸ਼ੇ ਤੇ ਜੁਲਮ ਕਰੇਗਾ ਜ਼ਿੰਦਗੀ ਭਰ ਨਹੀਂ ਭੁੱਲੇਗਾ ਹੋ ਸਕਦਾ ਤੇ ਤੈਨੂੰ ਬਦਲਾ ਨਾ ਲੈ ਪਾਵੇ ਪਰ ਉਹਦੀ ਅੰਤਰ ਆਤਮ ਤੈਨੂੰ ਵੱਧ ਦੁਆਵਾਂ ਦੇਵੇਗੀ ਤੇ ਕਿਸੇ ਦੀ ਵੱਧ ਦੁਆ ਹੀ ਕਿਸੇ ਦੇ ਪਤਨ ਦਾ ਕਾਰਨ ਬਣਦੀ ਹੈ ਉਹ ਨਸ਼ੇਰਮਾ ਬਾਦਸ਼ਾ ਸਾਧ ਸੰਗਤ ਬੜਾ ਹੈਰਾਨ ਹੋਇਆ ਉਹ ਸਾਰੀ ਗੱਲੋਂ ਦੀ ਸਮਝ ਬਚਾ ਗਏ ਉਹਨੇ ਫਿਰ ਉੱਠ ਕੇ ਉਸਤਾਦ ਦੇ ਪੈਰੀ ਹੱਥ ਲਾਏ ਕਹਿੰਦਾ ਹੋਰ ਪਤਾ ਨਹੀਂ ਪਤਾ ਪਰ ਆ ਵਾਕਈ ਤੁਸੀਂ ਮੈਨੂੰ ਬਹੁਤ ਚੰਗੀ ਸਿੱਖਿਆ ਦਿੱਤੀ ਅਗਰ ਤੁਸੀਂ ਉਸ ਦਿਨ ਮੇਰੇ ਬੇਦੋਸ਼ੇ ਦੇ ਚਪੇੜ ਨਾ ਮਾਰਦੇ ਹੋ ਸਕਦਾ ਮੈਂ ਰਾਜ ਭਾਗ ਤੇ ਬੈਠਣ ਤੋਂ ਬਾਅਦ ਕਈ ਬੇਦੋਸ਼ਿਆਂ ਦਾ ਖੂਨ ਵੀ ਬਹਾ ਦਿੰਦਾ ਇਹ ਸੱਚੀ ਬਾਤ ਹੈ ਅੱਜ ਦੇ ਅਗਰ ਲੀਡਰਾਂ ਦੇ ਚਪੇੜਾ ਮਾਰੀਆਂ ਜਾਣ ਹੁਣ ਚਪੇੜ ਦਾ ਅਰਥ ਵੀ ਉਹਨਾਂ ਨੂੰ ਸਿੱਖਿਆਵਾਂ ਦਿੱਤੀਆਂ ਜਾਣ ਉਹਨਾਂ ਨੂੰ ਸਮਝਾਇਆ ਜਾਏ ਉਹਨਾਂ ਦੇ ਅਕਲ ਵਿੱਚ ਖਾਨੇ ਵਿੱਚ ਇਹ ਗੱਲ ਪੈ ਜਾਏ ਕਿ ਕਦੀ ਕਿਸੇ ਨਾਲ ਗਰੀਮ ਮਾਰਨਾ ਕਰਿਓ ਧੱਕਾ ਨਾ ਕਰਿਓ ਬੇਦੋਸ਼ੇ ਦਾ ਕੋਈ ਖੂਨ ਨਾ ਵਹਾਇਓ ਬੇਦੋਸ਼ੇ ਤੇ ਜ਼ੁਲਮ ਨਾ ਕਰਿਓ ਉਪਲਿਓ ਉਹ ਹੋ ਸਕਦਾ ਤੁਹਾਡੇ ਤੋਂ ਉਦਾਂ ਬਦਲਾ ਨਾ ਲੈ ਸਕੇ ਪਰ ਉਹਦੀ ਅੰਤਰ ਆਚਮਾ ਆਤਮਾ ਵਿੱਚੋਂ ਨਿਕਲੀ ਹੋਈ ਹਾਂ ਤੁਹਾਡੇ ਪਤਨ ਦਾ ਕਾਰਨ ਬਣ ਸਕਦੀ ਹੈ ਅੱਜ ਦਾ ਬੰਦਾ ਅਗਰ ਇਸ ਗੱਲ ਨੂੰ ਸਮਝੇ ਅੱਜ ਦੇ ਰਾਜ ਕਰਨ ਵਾਲੇ ਇਹਨਾਂ ਗੱਲਾਂ ਨੂੰ ਸਮਝ ਲੈਣ ਸਾਧ ਸੰਗਤ ਸਮਾਜ ਵਿੱਚੋਂ ਦੁਨੀਆ ਵਿੱਚੋਂ ਰਾਜਨੀਤੀ ਵਿੱਚੋਂ ਜ਼ੁਲਮ ਖਤਮ ਹੋ ਜਾਣ ਬੁਰਾਈਆਂ ਮਿਟ ਜਾਣ ਭ੍ਰਿਸ਼ਟਾਚਾਰ ਮਿਟ ਜਾਏ ਹੱਕ ਖੋਣ ਵਾਲੇ ਹੱਕ ਲੁੱਟਣ ਵਾਲੇ ਖਤਮ ਹੋ ਜਾਣ बस ਲੋੜ ਹੈ ਇੰਨੀ ਗੱਲ ਨੂੰ ਸਮਝਣ ਦੀ ਕਿ ਕਦੀ ਵੀ ਅਸੀਂ ਬੇਨੁਸ਼ਾਫੀ ਨਹੀਂ ਕਰਨੀ ਧਰਮ ਦੇਖੋ ਸਾਥ ਸੰਗਤ ਸੱਚੀ ਬਾਤ ਹੈ ਧਰਮ ਰਾਜ ਕਰਨ ਦੀ ਸਿੱਖਿਆ ਧਰਮ ਦਿੰਦਾ ਹੈ ਸਹੀ ਰਾਜ ਕਿਵੇਂ ਕਰਨਾ ਹੈ ਧਰਮ ਚੋਂ ਪਤਾ ਲੱਗਦਾ ਹੈ ਅਗਰ ਅੱਜ ਦਾ ਇਨਸਾਨ ਧਰਮ ਨੂੰ ਆਧਾਰ ਬਣਾ ਲੇ ਅਸੀਂ ਇਸ ਗੱਲ ਤੇ ਪਹਿਰਾ ਦਈਏ ਕਿ ਧਰਮ ਬਿਨਾ ਨਹਿ ਰਾਜ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਬੰਦਾ ਧਰਮ ਦਾ ਸਤਕਾਰ ਕਰੇਗਾ ਅੱਜ ਅਸੀਂ ਧਰਮ ਨੂੰ ਤੇ ਬਹੁਤ ਪਿੱਛਾਂ ਛੁੱਟ ਦਿੱਤਾ ਹੈ ਅੱਜ ਅਸੀਂ ਕੁਰਸੀਆਂ ਨੂੰ ਅੱਗੇ ਲੈ ਆਏ ਹਾਂ ਸੋ ਕੁਰਸੀਆਂ ਮਾੜੀਆਂ ਨਹੀਂ ਹਨ ਬਸ ਲੋੜ ਹੈ ਆਪਣੀ ਸੋਚ ਨੂੰ ਬਦਲਣ ਦੀ ਜਿਸ ਦਿਨ ਬੰਦੇ ਦੀ ਸਾਥ ਸੰਗਤ ਸੋਚ ਬਦਲਦੀ ਹੈ ਸੱਚ ਜਾਣੋ ਉਹਦੇ ਨਾਲ ਜੁੜਿਆ ਉਹਦਾ ਆਰ ਪਰਿਵਾਰ ਬਦਲਦਾ ਹੈ ਉਹ ਸਮਾਜ ਬਦਲਦਾ ਹੈ ਤੇ ਇੱਕ ਦਿਨ ਸਮਾਂ ਪਾ ਕੇ ਸੰਸਾਰ ਵੀ ਬਦਲ ਸਕਦਾ ਹੈ ਆਪਣੀ ਸੋਚ ਨੂੰ ਬਦਲਣ ਲਈ ਸਾਨੂੰ ਆਪਣੇ ਅੰਦਰ ਧਰਮ ਦੇ ਸ਼ੁਭ ਗੁਣ ਪੈਦਾ ਕਰਨੇ ਪੈਣਗੇ ਧਰਮ ਦੀ ਸੋਚ ਨੂੰ ਤਵੱਜੋ ਦੇਣੀ ਪੈਗੀ ਧਰਮ ਦੀਆਂ ਸਿੱਖਿਆਵਾਂ ਗ੍ਰਹਿਣ ਕਰਨੀਆਂ ਪੈਣਗੀਆਂ ਧਰਮ ਦੀ ਸਿੱਖਿਆ ਹੀ ਸਾਡੀ ਜ਼ਿੰਦਗੀ ਦਾ ਮੂਲ ਹੈ ਧਰਮ ਦੀ ਸਿੱਖਿਆ ਹੀ ਸਾਡੀ ਜ਼ਿੰਦਗੀ ਨੂੰ ਇੱਕ ਸਹੀ ਰਸਤੇ ਤੇ ਤੋਰ ਸਕਦੀ ਹੈ ਧਰਮ ਦੀ ਸਿੱਖਿਆ ਹੀ ਇੱਕ ਇਨਸਾਨ ਨੂੰ ਚੰਗਾ ਰਾਜ ਭਾਕ ਕਰਨ ਦੀ ਪ੍ਰੇਰਣਾ ਦਿੰਦੀ ਹੈ ਪਰ ਅਫਸੋਸ ਅੱਜ ਧਰਮੀ ਕਹਣ ਵਾਲੇ ਲੋਕਾਂ ਨੇ ਜ਼ਿੰਦਗੀ ਚੋਂ ਧਰਮ ਕੱਟ ਦਿੱਤਾ ਹੈ ਅੱਜ ਕੁਰਸੀ ਚੰਗੀ ਲੱਗਦੀ ਹੈ ਧਰਮ ਮਾੜਾ ਲੱਗਦਾ ਹੈ ਜਿਸ ਕਰਕੇ ਅੱਜ ਬੜਾ ਨਸ਼ਾ ਬੜੀਆਂ ਜ਼ਹਿਰਾਂ ਬੜੇ ਵਿਕਾਰ ਅੱਜ ਸਾਡੇ ਜੀਵਨ ਵਿੱਚੋਂ ਝਲਕਣ ਲੱਗ ਪਏ ਹਨ ਬਹੁਤ ਸਾਰੀਆਂ ਸਿੱਖਿਆਵਾਂ ਹਨ ਕਹਿਣ ਸੁਣਨ ਨੂੰ ਬਹੁਤ ਹੈ ਲੋੜ ਹੈ ਉਹਨਾਂ ਗੱਲਾਂ ਨੂੰ ਅਪਣਾਉਣ ਦੀ ਜਿਨ੍ਹਾਂ ਨਾਲ ਆਪਣਾ ਸਮਾਜ ਦਾ ਭਲਾ ਹੋਵੇ ਲੋਕੀ ਸਾਨੂੰ ਵੱਧਵਾਵਾ ਨਾ ਦੇਣ ਲੋਕ ਕਾਮਨਾਮਕਰਨ ਵੀ ਹੈ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦਾ ਇਨਸਾਨ ਸਾਡੇ ਇਲਾਕੇ ਦਾ ਰਾਜਾ ਹੈ ਤੂੰ ਰੱਬ ਮਿਹਰ ਕਰੀ ਇਹਨੂੰ ਇੱਕ ਚੰਗੇ ਜੀਵਨ ਚੰਗੀ ਉਮਰ ਬਖਸ਼ੀ ਤੇ ਇਹਨੂੰ ਰਾਜ ਭਾ ਕਰਨ ਦੀ ਤੌਫੀਕ ਬਖਸ਼ੀ ਇਹ ਇਮਾਨਦਾਰੀ ਨਾਲ ਮਿਹਨਤ ਨਾਲ ਸਮਾਜ ਦੀ ਸੇਵਾ ਕਰੇ ਤੇ ਇਹਦੇ ਸਮਾਜ ਸੇਵਾ ਦੇ ਵਿੱਚੋਂ ਹੀ ਲੋਕਾਂ ਦਾ ਭਲਾ ਹੋਏਗਾ ਜਿਸ ਦਿਨ ਇਨਸਾਨ ਨੂੰ ਇਹ ਸਮਝ ਆਏਗੀ ਸਾਥ ਸੰਗਤ ਉਹਨੂੰ ਪਤਾ ਲੱਗ ਜਾਏ ਕਿ ਅਸੀਂ ਪਾਪ ਤਮਾਉਣ ਵਿੱਚ ਮਾੜਾ ਕਰਮ ਕਰਨ ਵਿੱਚ ਦੇਰੀ ਕਰੀਏ ਪਰ ਧਰਮ ਕਮਾਉਣ ਵਿੱਚ ਦੇਰੀ ਨਹੀਂ ਕਰਨੀ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਬਿਲੰਬ ਦਾ ਅਰਥ ਹੁੰਦਾ ਦੇਰੀ ਮਹਾਰਾਜ ਕਹਿੰਦੇ ਨੇ ਧਰਮ ਕਮਾਉਣ ਵਿੱਚ ਦੇਰੀ ਕਦੇ ਨਾ ਕਰ ਹਾਂ ਪਾਪ ਕਰਨ ਲੱਗੇ ਮਾੜਾ ਕਰਮ ਕਰਨ ਲੱਗੇ ਬੇਈਮਾਨੀ ਕਰਨ ਲੱਗੇ ਰਿਸ਼ਵਤ ਖੋਰੀ ਭ੍ਰਸ਼ਟਾਚਾਰ ਕਰਨ ਲੱਗੇ ਬੜੀ ਲੰਮੀ ਦੇਰੀ ਕਰਦੇ ਉਹਨੂੰ ਡਿਲੇ ਕਰਦੇ ਉਹਨੂੰ ਪੈਂਡਿੰਗ ਪਾ ਦਿਓ ਪਰ ਧਰਮ ਨੂੰ ਕਦੀ ਪੈਂਡਿੰਗ ਨਾ ਪਾਓ ਧਰਮ ਨੂੰ ਕਦੀ ਡਿਲੇ ਨਾ ਕਰ ਬੰਦਾ ਉਲਟਾ ਕਰਦਾ ਅਸੀਂ ਪਾਪ ਕਰਮ ਕਰਦੇ ਹਾਂ ਦੇਰੀ ਨਹੀਂ ਕਰਦੇ ਪਰ ਧਰਮ ਕਮਾਉਣ ਲੱਗੇ ਬਹੁਤ ਦੇਰੀ ਕਰਦੇ ਸਪਸ਼ਟ ਹੈ ਵੀ ਸਾਡੇ ਮਨ ਵਿੱਚ ਹਲੇ ਧਰਮ ਦਾ ਉਹ ਅਸਥਾਨ ਨਹੀਂ ਉਹ ਦਰਜਾ ਨਹੀਂ ਉਹ ਅਹਿਮੀਅਤ ਨਹੀਂ ਜਿਸ ਨੇ ਸਾਡੇ ਜੀਵਨ ਨੂੰ ਬੁਲੰਦੀਆਂ ਤੱਕ ਲੈ ਕੇ ਜਾਣਾ ਸਤਿਗੁਰੂ ਮਿਹਰ ਕਰਨ ਕਿਰਪਾ ਕਰਨ ਦਇਆ ਕਰਨ ਅਰਦਾਸ ਕਰੀ ਮਹਾਰਾਜ ਤੁਸੀਂ ਆਪ ਕਿਰਪਾ ਕਰੋ ਸਮਤ ਬਖਸ਼ੋ ਸਾਡੇ ਲੋਕਾਂ ਨੂੰ ਰਾਜ ਭਾਗ ਕਰਨ ਦੀ ਜਾਚ ਆ ਜਾਏ ਇਹਨਾਂ ਨੂੰ ਕੁਰਸੀ ਬੈਠਣ ਦੀ ਜਾਂਚ ਆ ਜਾਏ ਇਹਨਾਂ ਨੂੰ ਕੁਰਸੀ ਸੰਭਾਲਣ ਦੀ ਜਾਂਚ ਆ ਜਾਏ ਇਹ ਕੁਰਸੀ ਤੇ ਬੈਠ ਕੇ ਲੋਕਾਂ ਦੇ ਸਿਰ ਦੇ ਉੱਪਰ ਨਾ ਚੜ ਕੇ ਬੈਠਣ ਬਲਕਿ ਕੁਰਸੀ ਤੇ ਬੈਠ ਕੇ ਲੋਕਾਂ ਦੀ ਸੇਵਾ ਕਰਨ ਵਾਲੇ ਪਾਸੇ ਤੁਰਨ ਦੁਨੀਆਂ ਦੀਆਂ ਦੁਆਵਾਂ ਨਹੀਂ ਇਹਨਾਂ ਦੇ ਬੇੜੇ ਵੀ ਪਾਰ ਕਰ ਦੇਣਾ ਹੈ ਖਾਲਸਾ ਰਾਜ ਇੱਕੋ ਹੀ ਹੱਲ ਹੈ ਗਿਆਨੀ ਜਸਵੀਰ ਸਿੰਘ ਜੀ ਸਿਸਟਮ ਦੇ ਬਾਰੇ ਗੱਲ ਕਰਨ ਦੇ ਸੀਗੇ ਕਿ ਲੋਕ ਅੱਛੇ ਹੋਣੇ ਚਾਹੀਦੇ ਸਿਸਟਮ ਅੱਛਾ ਹੋਣਾ ਚਾਹੀਦਾ ਹੈ ਇੱਕ ਇੱਕ ਗੱਲ ਹਰ ਇੱਕ ਚੀਜ਼ ਇਹਨਾਂ ਨੇ ਬਿਲਕੁਲ ਸਹੀ ਕਹੀ ਹੈ ਮੈਨੂੰ ਪਤਾ ਹੈ ਗਿਆਨੀ ਜਸਵੀਰ ਸਿੰਘ ਜੀ ਨੂੰ ਲੋਕ ਕਹਿਣਗੇ ਗੁਰਦੁਆਰੇ ਦੇ ਵਿੱਚ ਬਹਿ ਕੇ ਸਿਆਸੀ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਤੂੰ ਗੁਰਦੁਆਰੇ ਦੇ ਵਿੱਚ ਬੈਠਾ ਵੈ ਤੇ ਧਰਮੇ ਗੱਲਾਂ ਕਰ ਲੇਕਿਨ ਗਿਆਨੀ ਜਸਵੀਰ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਵੈ ਕਿ ਧਰਮ ਧਰਮ ਸਿਖੋਂਦਾ ਹੀ ਇਨਸਾਨੀਅਤ ਹੈ ਇਨਸਾਨੀਅਤ ਸਿਖੋਂਦਾ ਵੈ ਧਰਮ ਸਿਖੋਂਦਾ ਵੈ अगर किसी ने हकूमत करनी है तो वह धर्म को पुछ के करे क्योंकि बंदा जड़ी शायद धर्म को पुछ के करेगा वह कामयाब होएगी सुबह टाइम उठना धर्म को पुछ के उठो तुसी खाना खाना तुसी धर्म को पुछ के उठो मैं खाना किस तरह तुसी किसी ने गल करनी है धर्म को पुछ के करो कि मैं किसी ने गल करनी है मैं किस तरह करा ਤੁਸੀਂ ਤੁਸੀਂ ਘਾਰ ਹੋਣਾਵੇਂ ਤੁਸੀਂ ਧਰਮ ਕੋਲੋਂ ਪੁੱਛੋ ਕਿ ਮੈਂ ਘਾਰ ਆ ਕਿ ਮੈਂ ਘਾਰ ਆ ਲਿਆ ਤੇ ਨਾਲ ਮੈਂ ਸਲੂਕ ਮੈਂ ਹੁਸਨੇ ਸਲੂਕ ਮੈਂ ਕਿਸ ਤਰ੍ਹਾਂ ਦਾ ਕਰਾਂ ਕਾਮਯਾਬ ਹੋ ਗਏ ਰਾਤ ਨੂੰ ਸੋਣਾਵੇਂ ਧਰਮ ਕੋਲੋਂ ਪੁੱਛ ਕੇ ਸੋਵੋ ਕਿ ਮੈਂ ਸੋਵਾਂ ਕਿਦਾਂ ਅਗਰ ਤੁਸੀਂ ਸਵੇਰ ਉੱਠਣਾਵੇਂ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੋਂ ਲੈ ਕੇ ਸਵੇਰ ਤੱਕ ਜੋ ਕੁਝ ਕਰਨਾ ਧਰਮ ਕੋਲੋਂ ਪੁੱਛ ਕੇ ਕਰੋ ਜ਼ਿੰਦਗੀ ਕਾਮਯਾਬ ਹੋਏ ਬਾਬਾ ਜਰਨੈਲ ਸਿੰਘ ਤੁਸੀਂ ਮੈਨੂੰ ਆਪ ਦੱਸੋ ਜਦੋਂ ਧਰਮ ਤਖਤ ਦੇ ਉੱਤੇ ਆਇਆ ਸੀਗਾ ਕਿ ਅਮਨ ਸਕੂਨ ਹੋਇਆ ਕਿ ਨਹੀਂ ਹੋਇਆ ਮਹਾਰਾਜਾ ਰਣਜੀਤ ਸਿੰਘ ਧਰਮ ਨੂੰ ਉਹਨਾਂ ਨੇ ਤਖਤ ਦੇ ਉੱਤੇ ਲਿਆ ਕੇ ਬਿਠਾਇਆ ਆਪ ਤਖਤ ਦੇ ਉੱਤੇ ਨਹੀਂ ਬੈਠੇ ਆਪ ਕੁਰਸੀ ਦੇ ਉੱਤੇ ਨਹੀਂ ਬੈਠੇ ਬਲਕਿ ਉਹਨਾਂ ਨੇ ਧਰਮ ਨੂੰ ਕੁਰਸੀ ਦੇ ਉੱਤੇ ਬਿਠਾਇਆ ਇਹ ਕੁਰਸੀ ਦੇ ਉੱਤੇ ਬਿਠਾ ਕੇ ਇਨਸਾਫ ਕੀਤਾ ਫੈਸਲੇ ਕੀਤੇ ਕੋਈ ਚੋਰੀ ਨਹੀਂ ਸੀ ਹੁੰਦੀ ਉਹਦੇ ਕੋਈ ਕੈਮਰੇ ਕੂਮਰੇ ਨਹੀਂ ਸੀ ਹੁੰਦੇ ਲੇਕਿਨ ਅੱਜ ਕੈਮਰੇ ਹਰ ਸੀ ਲੇਕਿਨ ਫੇਰ ਵੀ ਚੋਰੀਆਂ ਡਕੈਟੀਆਂ ਹਰ ਚੀਜ਼ ਹੋਂਦੀ ਹੈ ਮੌਜੂਦਾ ਸਿਸਟਮ ਦੇ ਵਿੱਚ ਰਹਿ ਕੇ ਕੁਝ ਵੀ ਨਹੀਂ ਕਰ ਸਕਦੇ ਵੀ ਘਰ ਦੀ ਕੋਈ ਬੰਦਾ ਬਿਜਲੀ ਚੋਰੀ ਕਰਨਾ ਪਿਰ ਨੰਬਰ ਤੇ ਫੜਿਆ ਨਹੀਂ ਗਾ ਜਾਂਦਾ ਜੇਕਰ ਫੜਿਆ ਜਾਵੇ ਪੈਸੇ ਦੇ ਕੇ ਬਾਹਰ ਆ ਜਾਂਦਾ ਫੇਰ ਸੋਚ ਇਹੀ ਹੁੰਦੀ ਹੈ ਕਿ ਮੈਂ ਪੈਸੇ ਪੂਰੇ ਕਿਸ ਤਰ੍ਹਾਂ ਕਰਨੇ ਇਹ ਐ ਸਿਸਟਮ ਜੇ ਅਗਰ ਮਹਾਰਾਜਾ ਜੇ ਅਗਰ ਬਾਬਾ ਜਰਨੈਲ ਸਿੰਘ ਭਿੰਡਰਾ ਜੀ ਵਾਲੇ ਦਾ ਸਿਸਟਮ ਆਏਗਾ ਸਾੜੇਗਾ ਜੇਕਰ ਗੁਰੂ ਗੋਬਿੰਦ ਸਿੰਘ ਜੀ ਵਾਲਾ ਸਿਸਟਮ ਆਏਗਾ ਗੁਰੂ ਗੋਬਿੰਦ ਸਿੰਘ ਜੀ ਨੇ ਸੰਤਾਨ ਨਾਲ ਕੀ ਕੀਤਾ ਸੀਗਾ ਮਸੰਤਾ ਨੂੰ ਤੇਲ ਪਾ ਕੇ ਅੱਗ ਦੇ ਵਿੱਚ ਸਾੜਿਆ ਸੀਗਾ ਉਹੀ ਸਿਸਟਮ ਦੀ ਅੱਜ ਜ਼ਰੂਰਤ ਹੈ ਉਹ ਜਿਹੜਾ ਅੱਗ ਵਿੱਚ ਤੇਲ ਪਾ ਕੇ ਸਾੜਿਆ ਉਹ ਉਹਨਾਂ ਲੋਕਾਂ ਵਾਸਤੇ ਨਹੀਂ ਉਹ ਸਾਡੇ ਵਾਸਤੇ ਸਾਨੂੰ ਦੱਸਿਆ ਵੈ ਕਿ ਅਮਨ ਸਕੂਨ ਸ਼ਾਂਤੀ ਕਿਸ ਨਾਲ ਅੱਜ ਤੁਸੀਂ ਕਰੋ ਆਪਣੇ ਦਿਲ ਤੇਰਾਖੇ ਮੈਨੂੰ ਸੱਚੀ ਗੱਲ ਦੱਸੋ ਅੱਜ ਤੁਸੀਂ ਇਹੋ ਹੀ ਕੰਮ ਕਰੋ ਚੋਰ ਡਾਕੂ ਕੋਈ ਵੀ ਹੈ ਜਿਹੜਾ ਕੋਈ ਬਲਤਕਾਰ ਕਰਦਾ ਤੁਹਾਡੇ ਗਲੀਆਂ ਮਹੱਲਿਆਂ ਦੇ ਬਾਹਰ ਚੌਂਕ ਦੇ ਵਿੱਚ ਤੇਲ ਤੇਲ ਪਾ ਕੇ ਵਿੱਚ ਅੱਗ ਪਾ ਕੇ ਸਾੜਿਆ ਜਾਵੇ ਮੈਂ ਕਹਿੰਦਾ ਕੋਈ ਚੋਰੀ ਕਰਨਾ ਤੇ ਬੜੀ ਦੂਰ ਦੀ ਗੱਲ ਹੈ ਕੋਈ ਬਲਤਕਾਰ ਕਰਨਾ ਤੇ ਬੜੀ ਦੂਰ ਦੀ ਗੱਲ ਹੈ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਬਸ ਜੋ ਮੈਂ ਆਪਣੀ ਮੁਸਲਮਾਨੇ ਦੀ ਨਜ਼ਰ ਵਿੱਚ ਜੋ ਮੈਂ ਸਮਝਣਾ ਸੀ ਉਹ ਮੈਂ ਤੁਹਾਨੂੰ ਦੱਸਦਾ ਬਾਕੀ ਤੁਹਾਡਾ ਹੀ ਖਿਆਲ ਹੈ ਤੁਹਾਡੀ ਕਿ ਰਾਏ ਹੈ ਤੁਸੀਂ ਲੇਕਮਿੰਟ ਬਾਕਸ ਵਿੱਚ لازਮੀ ਦੱਸੋ ਇਹ ਸੀ ਆਈ ਦੀ ਵੀਡੀਓ ਮਿਲਾਂਗਾ ਤੁਹਾਨੂੰ ਅਗਲੀ ਵੀਡੀਓ ਵਾਸਤੇ ਇਜਾਜ਼ਤ ਚਾਹੁੰਨੇ ਆਂ الله عليك